ਜਾਣਾ ਜਿਹੜਾ ਤਾਂ ਪੰਜਾਬ ਚੈਨਲ ਦੇਖਣਾ ਸਭ ਦੋਸਤਾਂ ਨੂੰ ਅਸਲਾਮ ਅਲੈਕੁਮ ਕੁਝ ਦਿਨਾਂ ਬਾਅਦ ਈਦ ਉਲ ਅਜ਼ਹਾ ਆ ਰਹੀ ਹੈ ਅਤੇ ਸ਼ਹਿਰ 'ਚ ਕੁਰਬਾਨੀ ਦੇ ਜਾਨਵਰਾਂ ਦੀ ਬੜੀ ਤਾਦਾਦ ਆ ਗਈ ਹੈ ਖਰੀਦਦਾਰ ਵੀ ਆ ਰਹੇ ਨੇ ਵੇਖ ਰਹੇ ਨੇ ਇਹ ਸਾਹਮਣੇ ਸਲਕੁਰ ਰੋਡ ਹੈ ਜਲਾਲਪੁਰ ਜਿੱਡਾ ਦੀ ਇੱਥੇ ਹਰ ਸਾਲ ਜਾਨਵਰਾਂ ਦੀ ਬੜੀ ਵੱਡੀ ਤਾਦਾਦ ਆਉਂਦੀ ਹੈ ਕੁਰਬਾਨੀ ਦੇ ਜਾਨਵਰਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨਾ ਟੱਲੇ ਦੇ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਨੀ ਹੈ ਸਾਨੂੰ ਯੂਟਿਊਬ ਉੱਪਰ ਵੀ ਮੈਸੇਜ ਮਿਲ ਜਾਏ ਅਜੇ ਇਹ ਤੁਸੀਂ ਸਾਹਮਣੇ ਕੁਰਬਾਨੀ ਦੇ ਜਾਨਵਰ ਆ ਜਾਏ ਰੇਟ ਅਸੀਂ ਕੁਛ ਨਹੀਂ ਇਹਦਾ ਕੀ ਰੇਟ ਜੀ ਜੀ ਸੱਠ ਹਜ਼ਾਰ ਰੁਪਏ ਦਾ ਕਹਿ ਰਹੇ ਨੇ ਜੀ ਨੈਣਾ ਦਾ ਕੀ ਰੇਟ ਦੇ ਜੀ ਪੰਤਾਲੀ ਹਜ਼ਾਰ ਦਵਾਂ ਦਾ ਇੱਕ ਦਾ ਘਰ ਦੇ ਪੱਲੇ ਜੇ ਮੰਡੀ ਰਿਆਂ ਦੇ ਜੇ ਅੱਛਾ ਇਹ ਘਰ ਦਾ ਦੇਖੋ ਜੀ ਇਹ ਜਾਨਵਰ ਲਓ ਜੀ ਇਹ ਵੀ ਵੇਖੋ ਜੀ ਇਹ ਵੀ ਕੁਰਬਾਨੀ ਦੇ ਜਾਨਵਰ ਆਏ ਆ ਜੀ ਲਓ ਜੀ ਇਹਦਾ 85,000 ਰੁਪਏ ਮੰਗਦੇ ਆ ਜੀ ਇਹ ਕੀ ਹੈ ਜੀ ਸਤਰਾ ਅੱਛਾ ਲਓ ਜੀ ਇਹ ਦੇਖੋ ਜੀ ਚੰਗੀ ਤਰ੍ਹਾਂ ਵੇਖੋ ਕੈਸੇ ਇਹਦਾ ਪਿਆਰਾ ਜਾਨਵਰ ਹੈ ਜੀ ਇਹ ਦੇਖੋ ਜੀ ਕੈਸਾ ਜਾਨਵਰ ਹੈ ਜੀ ਇਹ 86,000 ਰੁਪਏ ਦਾ ਮੰਗ ਰਹੇ ਨੇ ਜੀ ਬੜਾ ਪਿਆਰਾ ਪਲੇ ਘਰ ਦਾ ਪਲੇ ਆ ਜੇ ਲਓ ਜੀ ਕੁਰਬਾਨੀ ਦੇ ਜਾਨਵਰ ਆ ਗਏ ਨੇ ਈਦ ਉਲਜ਼ਹਾ ਜੋ ਜੋ ਕਰੀਬ ਆ ਰਹੀ ਹੈ ਲਓ ਜੀ ਕਿਆ ਵੀ ਜਾਨਵਰ ਆਏ ਆ ਜੀ ਇਹ ਕੀ ਹੈ ਜੀ ਕੀ ਹੈ ਗੋਂਦਾ ਅੱਛਾ ਕੀ ਕੀਮਤ ਹੈ ਜੀ 1,60,000 ਰੁਪਏ ਦਾ ਮੰਗ ਰਹੇ ਨੇ ਜੀ ਇੱਧਰ ਮੱਝ ਵੀ ਆਈ ਹੈ ਜੀ ਇਹ ਵੇਖੋ ਜੀ ਮੱਝ ਵੀ ਆਈ ਹੈ ਕੀ ਰੇਟ ਹੈ ਜੀ ਇਹਦਾ ਕਿੰਨਾ 2,80 2,80,000 ਰੁਪਏ ਮੰਗ ਰਹੇ ਨੇ ਜੀ ਇਹਦਾ ਜਿਹੜਾ ਪੰਜਾਬ ਚੈਨਲ ਅੱਜ ਤੁਹਾਨੂੰ ਕੁਰਬਾਨੀ ਦੇ ਜਾਨਵਰ ਵਿਖਾ ਰਹੇ ਹਾਂ ਜੀ ਜਲਾਲਪੁਰ ਜੱਡਾਂ 'ਚ ਈਦ ਉਲਜ਼ਹਾ ਕਰੀਬ ਆ ਗਈ ਹੈ ਕੋਈ ਦਿਨ ਹੀ ਰਹਿ ਗਏ ਨੇ ਬਾਕੀ ਅਤੇ ਕੁਰਬਾਨੀ ਦੇ ਜਾਨਵਰ ਕਾਫੀ ਤਾਦਾਦ 'ਚ ਆ ਗਏ ਨੇ ਇਹ ਵੀ ਦੇਖੋ ਜੀ ਇਹ ਵੀ ਦੇਖੋ ਜੀ ਇਹ ਘਰ ਦਾ ਪਲੇ ਆ ਜੀ ਕੀ ਰੇਟ ਜੀ ਇਹਦਾ 65,000 ਰੁਪਇਆ ਰੇਟ ਮੰਗ ਰਹੇ ਨੇ ਜੀ ਇਹਦਾ ਜਾਨਵਰ ਦਾ ਦੇਖੋ ਜ਼ਰਾ ਇਹਦਾ ਕੀ ਰੇਟ ਹੈ ਜੀ 60,000 ਇਹ ਵੀ ਘਰ ਦਾ ਪਲੇ ਆ ਇਹ ਲਿਆਂਦੇ ਆ ਇਹ ਵੀ ਦੇਖੋ ਜੀ ਕਾਫੀ ਜਾਨਵਰਾਂ 'ਚ ਆਏ ਨੇ ਜੂ ਜੂ ਤੀਰ ਨੇੜੇ ਆ ਰਹੀ ਹੈ ਜਾਨਵਰਾਂ 'ਚ ਤਾਦਾਦ ਵੀ ਵੱਧਦੀ ਜਾ ਰਹੀ ਹੈ ਇਹ ਦੇਖੋ ਤੁਸੀਂ ਜਾਨਵਰ ਆਏ ਨੇ ਕਾਫੀ ਸਾਰੇ ਅੱਜ ਆਏ ਨੇ ਜਾਨਵਰ ਭੇਡਾਂ ਵੀ ਆਈਆਂ ਨੇ ਇਹ ਵੀ ਜਾਨਵਰ ਵੇਖੋ ਜੀ ਕੀ ਰੇਟ ਜੀ ਇਹਦਾ ਜੀ ਲੱਖ ਰੁਪਇਆ ਪੂਰਾ ਲੱਖ ਰੁਪਇਆ ਵਾਹ ਜੀ ਵਾਹ ਘਰ ਦਾ ਪਲੇ ਆ ਜੇ ਹਾਂਜੀ ਕੀ ਖੂਬੀ ਹੈ ਜੀ ਖੂਬੀਆਂ ਦੇ ਕੋਲ ਸਾਰੀਆਂ ਨੇ ਅੱਛਾ ਇਹ ਵੀ ਜਾਨਵਰ ਨੇ ਕੁਰਬਾਨੀ ਵਾਸਤੇ ਦੇਖੋ ਜੀ ਕਾਫੀ ਸਾਰੇ ਇਕੱਠੇ ਇਹਨਾਂ ਨੇ ਲਿਆਂਦੇ ਨੇ ਇੱਧਰ ਇਹ ਵੀ ਜੇ ਕੀ ਰੇਟ ਜੀ ਇਹਨਾਂ ਦਾ ਰੇਟ ਕੀ ਜਾਣਾ ਦਾ ਇਹ ਹੈ ਕਿਹੜੀ ਚੀਜ਼ ਜੇ ਪਹਿਲੇ ਦੱਸੋ ਹਾਂ ਹੈ ਅੱਛਾ ਰਾਜਨਪੁਰ ਦੇ ਨੇ ਅੱਛਾ ਠੀਕ ਹੋ ਗਿਆ ਲਓ ਜੀ ਇਹ ਸਾਰੇ ਉੱਥੇ ਕਾਫੀ ਸਾਰੇ ਵੱਡੇ ਵੱਡੇ ਬੱਕਰੇ ਨੇ ਜੀ ਕੁਰਬਾਨੀ ਵਾਸਤੇ ਤੁਸੀਂ
ਰਹਿ ਨੇ ਜੀ ਕਰਦੇ ਜੀ ਕੁਰਬਾਨੀ ਵਾਸਤੇ ਆਏ ਵੇਖੋ ਜੀ ਇਹ ਦੇਖੋ ਜੀ ਕਾਫੀ ਸਾਰੇ ਗੱਠੇ ਜਾਨਵਰ ਲਿਆਂਦੇ ਇਹਨਾਂ ਨੇ ਕਹਿੰਦਾ ਜਾਂਦਾ ਪੰਜਾਬ ਚੈਨਲ ਦਾ ਅੱਜ ਅਸੀਂ ਨੂੰ ਕੁਰਬਾਨੀ ਦੇ ਜਾਨਵਰ ਵਿਖਾ ਰਹੇ ਹਾਂ ਜੀ ਈਦ ਨੇੜੇ ਆ ਰਹੀ ਹੈ ਅਤੇ ਕੁਰਬਾਨੀ ਵਾਸਤੇ ਜਾਨਵਰ ਕਾਫੀ ਸਾਰੇ ਤਾਦਾਦ 'ਚ ਆ ਗਏ ਨੇ ਇਹ ਦੇਖਦੇ ਹੋ ਤੁਸੀਂ ਲਹਿੰਦਾ ਛੱਡਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਦਾ ਮੈਸੇਜ